ਚਲਦੀ ਸਕੂਟੀ ਤੋਂ ਇੱਕ ਕੁੜੀ ਤੋਂ ਪਰਸ ਖੋਇਆ ਗਿਆ। ਦੱਸ ਦਈਏ ਕਿ ਸਾਰੀ ਹੀ ਘਟਨਾ ਕੋਲ ਲੱਗੇ ਇੱਕ CCTV ਦੇ ਵਿੱਚ ਕੈਦ ਹੋ ਗਈ ਹੈ। ਦਰਅਸਲ ਜਦੋਂ ਇੱਕ ਲੜਕੀ ਡਿਊਟੀ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਪਿੱਛੋਂ ਦੀ ਇੱਕ ਪਿੱਛਾ ਕਰਦਾ ਆ ਰਿਹਾ ਚਪਟਮਾਰ। ਜਦੋਂ ਗਲੀ ਦੇ ਵਿੱਚ ਦੋਵੇਂ ਐਂਟਰ ਹੁੰਦੇ ਨੇ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਲੜਕੀ ਸਕੂਟੀ 'ਤੇ ਅੱਗੇ ਅੱਗੇ ਜਾ ਰਹੀ ਹੁੰਦੀ ਹੈ ਅਤੇ ਜਿਵੇਂ ਹੀ ਚਪਟਮਾਰ ਨੂੰ ਮੌਕਾ ਮਿਲਦਾ ਤਾਂ ਉਹ ਸਕੂਟੀ ਦੇ ਬਰਾਬਰ ਆਪਣਾ ਬਾਈਕ ਲਾ ਕੇ ਅੱਗੇ ਰੱਖੇ ਪਰਸ ਨੂੰ ਖੋ ਕੇ ਫਰਾਰ ਹੋ ਜਾਂਦਾ। ਹਾਲਾਂਕਿ ਇੱਕ ਵਾਰ ਤਾਂ ਲੜਕੀ ਨੂੰ ਪਤਾ ਹੀ ਨਹੀਂ ਚੱਲਦਾ ਕਿ ਆਖਰ ਇਹ ਸਭ ਕੁਝ ਹੋ ਕੀ ਰਿਹਾ, ਪਰ ਜਿਵੇਂ ਹੀ ਉਹ ਪਰਸ ਉਸਦੇ ਹੱਥ ਦੇ ਵਿੱਚ ਦੇਖਦੀ ਹੈ ਤਾਂ ਉਸ ਤੋਂ ਬਾਅਦ ਜੋ ਹੈ ਉਸਦੀ ਸਕੂਟਰੀ ਬੇਕਾਬੂ ਹੋ ਜਾਂਦੀ ਹੈ ਅਤੇ ਫਿਰ ਉਹ ਜਦੋਂ ਬੇਕਾਬੂ ਹੋਣ ਤੋਂ ਬਾਅਦ ਉਤਰਨ ਲੱਗਦੀ ਹੈ ਤਾਂ ਸਕੂਟੀ ਟੇਢੀ ਹੋ ਜਾਂਦੀ ਹੈ। ਤਾਂ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ, ਪੁਲਿਸ ਦੇ ਵੱਲੋਂ ਵੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਸੰਗਰੂਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦਿਨ ਦਿਹਾੜੇ ਇੱਕ ਲੜਕੀ ਦੇ ਕੋਲੋਂ ਚਲਦੀ ਸਕੂਟੀ 'ਤੇ ਪਰਸ ਖੋਇਆ ਗਿਆ, ਬਾਈਕ ਦੇ ਉੱਤੇ ਇੱਕ ਚਪਟਮਾਰ ਆਉਂਦਾ ਹੈ ਅਤੇ ਜਿਵੇਂ ਹੀ ਲੜਕੀ ਗਲੀ ਦੇ ਵਿੱਚ ਐਂਟਰ ਹੁੰਦੀ ਹੈ ਸੁੰਨਸਾਨ ਥਾਂ ਦੇਖ ਕੇ ਜੋ ਬਾਈਕ ਸਵਾਰ ਝਪਟਮਾਰ ਹੈ ਉਹ ਅੱਗੇ ਰੱਖਿਆ ਹੋਇਆ ਪਰਸ ਖੋ ਕੇ ਫਰਾਰ ਹੋ ਜਾਂਦਾ ਹੈ। ਹਾਲਾਂਕਿ ਲੜਕੀ ਨੂੰ ਪਹਿਲਾਂ ਤਾਂ ਸਮਝ ਹੀ ਨਹੀਂ ਲੱਗਦਾ ਕਿ ਆਖਰ ਇਹ ਹੋਇਆ ਕੀ ਹੈ, ਆਖਰ ਉਸ ਝਪਟਮਾਰ ਦੇ ਵੱਲੋਂ ਕੀਤਾ ਕੀ ਗਿਆ। ਪਰ ਜਿਵੇਂ ਹੀ ਪਰਸ ਉਸਦੇ ਹੱਥਾਂ ਦੇ ਵਿੱਚ ਦੇਖਦੀ ਹੈ ਤਾਂ ਉਸਦੇ ਵੀ ਇੱਕ ਵਾਰ ਤਾਂ ਰੋਂਗਟੇ ਖੜ੍ਹੇ ਹੋ ਜਾਂਦੇ ਨੇ। ਹਾਲਾਂਕਿ ਲੜਕੀ ਜਦੋਂ ਉਤਰਨ ਲੱਗਦੀ ਹੈ ਤਾਂ ਉਸਦਾ ਬੈਲੈਂਸ ਵਿਗੜਦਾ, ਸਕੂਟੀ ਇੱਕ ਪਾਸੇ ਨੂੰ ਟੇਢੀ ਹੋ ਜਾਂਦੀ ਹੈ। ਪਰ ਘਟਨਾ ਸਾਰੀ ਹੀ ਕੋਲ ਲੱਗੇ CCTV ਦੇ ਵਿੱਚ ਵੀ ਕੈਦ ਹੋਈ ਹੈ। ਹਾਲਾਂਕਿ ਹੁਣ ਲੜਕੀ ਦੇ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ। ਪਰਸ ਦੇ ਵਿੱਚ ਕੁਝ ਜ਼ਰੂਰੀ ਕਾਗਜ਼ਾਤ ਦੇ ਨਾਲ ਨਾਲ ਦੱਸਿਆ ਜਾ ਰਿਹਾ ਹੈ ਕਿ ਕੁਝ ਕੈਸ਼ ਵੀ ਸੀ ਜੋ ਕਿ ਝਪਟਮਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਚਲਦੀ ਸਕੂਟੀ ਤੋਂ ਇੱਕ ਕੁੜੀ ਤੋਂ ਪਰਸ ਖੋਇਆ ਗਿਆ। ਦੱਸ ਦਈਏ ਕਿ ਸਾਰੀ ਹੀ ਘਟਨਾ ਕੋਲ ਲੱਗੇ ਇੱਕ CCTV ਦੇ ਵਿੱਚ ਕੈਦ ਹੋ ਗਈ ਹੈ। ਦਰਅਸਲ ਜਦੋਂ ਇੱਕ ਲੜਕੀ ਡਿਊਟੀ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਪਿੱਛੋਂ ਦੀ ਇੱਕ ਪਿੱਛਾ ਕਰਦਾ ਆ ਰਿਹਾ ਝਪਟਮਾਰ। ਜਦੋਂ ਗਲੀ ਦੇ ਵਿੱਚ ਦੋਵੇਂ ਐਂਟਰ ਹੁੰਦੇ ਨੇ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਲੜਕੀ ਸਕੂਟੀ 'ਤੇ ਅੱਗੇ ਅੱਗੇ ਜਾ ਰਹੀ ਹੁੰਦੀ ਹੈ ਅਤੇ ਜਿਵੇਂ ਹੀ ਝਪਟਮਾਰ ਨੂੰ ਮੌਕਾ ਮਿਲਦਾ ਤਾਂ ਉਹ ਸਕੂਟੀ ਦੇ ਬਰਾਬਰ ਆਪਣਾ ਬਾਈਕ ਲਾ ਕੇ ਅੱਗੇ ਰੱਖੇ ਪਰਸ ਨੂੰ ਖੋ ਕੇ ਫਰਾਰ ਹੋ ਜਾਂਦਾ। ਹਾਲਾਂਕਿ ਇੱਕ ਵਾਰ ਤਾਂ ਲੜਕੀ ਨੂੰ ਪਤਾ ਹੀ ਨਹੀਂ ਚੱਲਦਾ ਕਿ ਆਖਰ ਇਹ ਸਭ ਕੁਝ ਹੋ ਕੀ ਰਿਹਾ, ਪਰ ਜਿਵੇਂ ਹੀ ਉਹ ਪਰਸ ਉਸਦੇ ਹੱਥ ਦੇ ਵਿੱਚ ਦੇਖਦੀ ਹੈ ਤਾਂ ਉਸ ਤੋਂ ਬਾਅਦ ਜੋ ਹੈ ਉਸਦੀ ਸਕੂਟਰੀ ਬੇਕਾਬੂ ਹੋ ਜਾਂਦੀ ਹੈ ਅਤੇ ਫਿਰ ਉਹ ਜਦੋਂ ਬੇਕਾਬੂ ਹੋਣ ਤੋਂ ਬਾਅਦ ਉਤਰਨ ਲੱਗਦੀ ਹੈ ਤਾਂ ਸਕੂਟੀ ਟੇਢੀ ਹੋ ਜਾਂਦੀ ਹੈ। ਤਾਂ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ, ਪੁਲਿਸ ਦੇ ਵੱਲੋਂ ਵੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਸੰਗਰੂਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦਿਨ ਦਿਹਾੜੇ ਇੱਕ ਲੜਕੀ ਦੇ ਕੋਲੋਂ ਚਲਦੀ ਸਕੂਟੀ 'ਤੇ ਪਰਸ ਖੋਇਆ ਗਿਆ, ਬਾਈਕ ਦੇ ਉੱਤੇ ਇੱਕ ਝਪਟਮਾਰ ਆਉਂਦਾ ਹੈ ਅਤੇ ਜਿਵੇਂ ਹੀ ਲੜਕੀ ਗਲੀ ਦੇ ਵਿੱਚ ਐਂਟਰ ਹੁੰਦੀ ਹੈ ਸੁੰਨਸਾਨ ਥਾਂ ਦੇਖ ਕੇ ਜੋ ਬਾਈਕ ਸਵਾਰ ਝਪਟਮਾਰ ਹੈ ਉਹ ਅੱਗੇ ਰੱਖਿਆ ਹੋਇਆ ਪਰਸ ਖੋ ਕੇ ਫਰਾਰ ਹੋ ਜਾਂਦਾ ਹੈ। ਹਾਲਾਂਕਿ ਲੜਕੀ ਨੂੰ ਪਹਿਲਾਂ ਤਾਂ ਸਮਝ ਹੀ ਨਹੀਂ ਲੱਗਦਾ ਕਿ ਆਖਰ ਇਹ ਹੋਇਆ ਕੀ ਹੈ, ਆਖਰ ਉਸ ਝਪਟਮਾਰ ਦੇ ਵੱਲੋਂ ਕੀਤਾ ਕੀ ਗਿਆ। ਪਰ ਜਿਵੇਂ ਹੀ ਪਰਸ ਉਸਦੇ ਹੱਥਾਂ ਦੇ ਵਿੱਚ ਦੇਖਦੀ ਹੈ ਤਾਂ ਉਸਦੇ ਵੀ ਇੱਕ ਵਾਰ ਤਾਂ ਰੋਂਗਟੇ ਖੜ੍ਹੇ ਹੋ ਜਾਂਦੇ ਨੇ। ਹਾਲਾਂਕਿ ਲੜਕੀ ਜਦੋਂ ਉਤਰਨ ਲੱਗਦੀ ਹੈ ਤਾਂ ਉਸਦਾ ਬੈਲੈਂਸ ਵਿਗੜਦਾ, ਸਕੂਟੀ ਇੱਕ ਪਾਸੇ ਨੂੰ ਟੇਢੀ ਹੋ ਜਾਂਦੀ ਹੈ। ਪਰ ਘਟਨਾ ਸਾਰੀ ਹੀ ਕੋਲ ਲੱਗੇ CCTV ਦੇ ਵਿੱਚ ਵੀ ਕੈਦ ਹੋਈ ਹੈ। ਹਾਲਾਂਕਿ ਹੁਣ ਲੜਕੀ ਦੇ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ। ਪਰਸ ਦੇ ਵਿੱਚ ਕੁਝ ਜ਼ਰੂਰੀ ਕਾਗਜ਼ਾਤ ਦੇ ਨਾਲ ਨਾਲ ਦੱਸਿਆ ਜਾ ਰਿਹਾ ਹੈ ਕਿ ਕੁਝ ਕੈਸ਼ ਵੀ ਸੀ ਜੋ ਕਿ ਝਪਟਮਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ।